ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਵੱਡੀ ਖਬਰ ਹੈ। ਚਸ਼ਮਦੀਦ ਗੁਰਪ੍ਰੀਤ ਸਿੰਘ ਦੇ ਵੱਲੋਂ ਮੁਲਜ਼ਮਾਂ ਦੀ ਪਹਿਚਾਣ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਨਾਲ ਗੁਰਪ੍ਰੀਤ ਉਸ ਵੇਲੇ ਥਾਰ ਦੇ ਵਿੱਚ ਮੌਜੂਦ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ। ਗੁਰਪ੍ਰੀਤ ਨੇ ਪੇਸ਼ੀ ਦੇ ਦੌਰਾਨ 7 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਹੈ। ਮੂਸੇਵਾਲਾ ਦਾ ਦੇ ਕਤਲ ਕੇਸ ਦੀ ਜਿਹੜੀ AK-47 ਹੈ ਉਹ ਫਿਲਹਾਲ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ ਜਾ ਸਕੀ ਅਤੇ ਹੁਣ 13 ਸਤੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਣੀ ਹੈ। ਤਾਂ 7 ਮੁਲਜ਼ਮਾਂ ਦੀ ਪਹਿਚਾਣ ਕੀਤੀ ਗਈ ਹੈ ਗੁਰਪ੍ਰੀਤ ਦੇ ਵੱਲੋਂ, ਜੋ ਕਿ ਸਿੱਧੂ ਮੂਸੇਵਾਲਾ ਦਾ ਜਿਸ ਵੇਲੇ ਕਤਲ ਕੀਤਾ ਗਿਆ ਸੀ ਉਹਨਾਂ 2 ਲੋਕਾਂ ਦੇ ਵਿੱਚ ਗੁਰਪ੍ਰੀਤ ਵੀ ਸ਼ਾਮਲ ਸੀ ਜੋ ਸਿੱਧੂ ਮੂਸੇਵਾਲਾ ਦੇ ਨਾਲ ਉਸ ਵੇਲੇ ਗੱਡੀ ਦੇ ਵਿੱਚ ਮੌਜੂਦ ਸਨ ਅਤੇ ਹੁਣ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। 30 ਤਰੀਕ ਦੀ ਪੇਸ਼ੀ ਸੀ, ਕੇਸ ਗਵਾਹੀ ਦੇ ਉੱਤੇ ਆ ਬੇਟਾ, ਔਰ ਅੱਜ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਹੈ। ਵਕੀਲ ਦੇ ਦੱਸਣ ਮੁਤਾਬਕ 6 ਜਿਹੜੇ ਦੋਸ਼ੀ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ, ਜਿਹਨੂੰ ਗਵਾਹ ਦੇ ਦੁਆਰਾ ਪਹਿਚਾਣਿਆ ਗਿਆ ਉੱਥੇ, ਅਤੇ ਅਗਲੀ ਪੇਸ਼ੀ 13-9 ਮੈਨੂੰ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਹੈ। ਆਪਾਂ ਉਮੀਦ ਕਰ ਸਕਦੇ ਹਾਂ, ਅਦਾਲਤਾਂ 'ਤੇ ਪਰਮਾਤਮਾ 'ਤੇ ਭਰੋਸਾ ਹੀ ਹੈ ਇੱਕ, ਉਹਦੇ ਤਹਿਤ ਲੱਖਾਂ ਲੋਕ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ, ਤਾਂ ਅਸੀਂ ਪਰਮਾਤਮਾ ਅਤੇ ਅਦਾਲਤਾਂ 'ਤੇ ਰੱਬ ਵਰਗਾ ਭਰੋਸਾ ਹੀ ਹੈ ਜੀ। ਇਹਨਾਂ 'ਤੇ ਆਸ ਹੈ, ਇਹਨਾਂ 'ਤੇ ਆਸ ਹੈ ਜੇ ਕੋਈ ਡਿਫਰ, ਬਾਕੀ ਜੋ ਅਦਾਲਤ ਦੀ ਮਰਿਆਦਾ ਉਹਦੇ ਮੁਤਾਬਕ ਸਹੀ ਚੱਲੀ ਜਾਂਦਾ, ਜਿੱਦਾਂ ਕੇਸ ਦੀ ਸਿਸਟਮ ਹੈਗਾ ਉਹ ਹੋ ਰਿਹਾ। ਬਿਲਕੁਲ, ਅੱਜ 30 ਤਰੀਕ ਦੀ ਪੇਸ਼ੀ। ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਵੱਡੀ ਖਬਰ ਹੈ। ਚਸ਼ਮਦੀਦ ਗੁਰਪ੍ਰੀਤ ਸਿੰਘ ਦੇ ਵੱਲੋਂ ਮੁਲਜ਼ਮਾਂ ਦੀ ਪਹਿਚਾਣ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਨਾਲ ਗੁਰਪ੍ਰੀਤ ਉਸ ਵੇਲੇ ਥਾਰ ਦੇ ਵਿੱਚ ਮੌਜੂਦ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ। ਗੁਰਪ੍ਰੀਤ ਨੇ ਪੇਸ਼ੀ ਦੇ ਦੌਰਾਨ 7 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਹੈ। ਮੂਸੇਵਾਲਾ ਦਾ ਦੇ ਕਤਲ ਕੇਸ ਦੀ ਜਿਹੜੀ AK-47 ਹੈ ਉਹ ਫਿਲਹਾਲ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ ਜਾ ਸਕੀ ਅਤੇ ਹੁਣ 13 ਸਤੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਣੀ ਹੈ। ਤਾਂ 7 ਮੁਲਜ਼ਮਾਂ ਦੀ ਪਹਿਚਾਣ ਕੀਤੀ ਗਈ ਹੈ ਗੁਰਪ੍ਰੀਤ ਦੇ ਵੱਲੋਂ, ਜੋ ਕਿ ਸਿੱਧੂ ਮੂਸੇਵਾਲਾ ਦਾ ਜਿਸ ਵੇਲੇ ਕਤਲ ਕੀਤਾ ਗਿਆ ਸੀ ਉਹਨਾਂ 2 ਲੋਕਾਂ ਦੇ ਵਿੱਚ ਗੁਰਪ੍ਰੀਤ ਵੀ ਸ਼ਾਮਲ ਸੀ ਜੋ ਸਿੱਧੂ ਮੂਸੇਵਾਲਾ ਦੇ ਨਾਲ ਉਸ ਵੇਲੇ ਗੱਡੀ ਦੇ ਵਿੱਚ ਮੌਜੂਦ ਸਨ ਅਤੇ ਹੁਣ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। 30 ਤਰੀਕ ਦੀ ਪੇਸ਼ੀ ਸੀ, ਕੇਸ ਗਵਾਹੀ ਦੇ ਉੱਤੇ ਆ ਬੇਟਾ, ਔਰ ਅੱਜ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਹੈ। ਵਕੀਲ ਦੇ ਦੱਸਣ ਮੁਤਾਬਕ 6 ਜਿਹੜੇ ਦੋਸ਼ੀ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ, ਜਿਹਨੂੰ ਗਵਾਹ ਦੇ ਦੁਆਰਾ ਪਹਿਚਾਣਿਆ ਗਿਆ ਉੱਥੇ, ਅਤੇ ਅਗਲੀ ਪੇਸ਼ੀ 13-9 ਮੈਨੂੰ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਹੈ। ਆਪਾਂ ਉਮੀਦ ਕਰ ਸਕਦੇ ਹਾਂ, ਅਦਾਲਤਾਂ 'ਤੇ ਪਰਮਾਤਮਾ 'ਤੇ ਭਰੋਸਾ ਹੀ ਹੈ ਇੱਕ, ਉਹਦੇ ਤਹਿਤ ਲੱਖਾਂ ਲੋਕ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ, ਤਾਂ ਅਸੀਂ ਪਰਮਾਤਮਾ ਅਤੇ ਅਦਾਲਤਾਂ 'ਤੇ ਰੱਬ ਵਰਗਾ ਭਰੋਸਾ ਹੀ ਹੈ ਜੀ। ਇਹਨਾਂ 'ਤੇ ਆਸ ਹੈ, ਇਹਨਾਂ 'ਤੇ ਆਸ ਹੈ ਜੇ ਕੋਈ ਡਿਫਰ, ਬਾਕੀ ਜੋ ਅਦਾਲਤ ਦੀ ਮਰਿਆਦਾ ਉਹਦੇ ਮੁਤਾਬਕ ਸਹੀ ਚੱਲੀ ਜਾਂਦਾ, ਜਿੱਦਾਂ ਕੇਸ ਦੀ ਸਿਸਟਮ ਹੈਗਾ ਉਹ ਹੋ ਰਿਹਾ। ਬਿਲਕੁਲ, ਅੱਜ 30 ਤਰੀਕ ਦੀ ਪੇਸ਼ੀ।